ਹਾਂ ਤਾਂ ਪਿਆਰੇ ਬੱਚੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਆਪਾਂ ਸਾਲ 2024 ਦੇ ਵਿੱਚ, ਕੱਲ੍ਹ ਜਿਹੜਾ ਫਾਈਨਲ ਪੇਪਰ ਆਇਆ ਗਣਿਤ ਦਾ, ਪੇਪਰ ਸੋਲਵ ਕਰਦੇ ਪਏ ਸੀਗੇ, ਅਤੇ ਆਪਾਂ 15 ਸਵਾਲ ਕਰ ਚੁੱਕੇ ਹਾਂ, ਅਤੇ 16ਵੇਂ ਸਵਾਲ ਦੇ ਉੱਤੇ ਜਿਹੜਾ ਕਿ ਪੇਪਰ ਦੇ ਵਿੱਚ 56 ਨੰਬਰ ਸਵਾਲ ਆ, ਕਹਿੰਦਾ ਉਹ ਕਰਨ ਲੱਗੇ ਹਾਂ। ਕਹਿੰਦਾ ਜੇਕਰ ਇੱਕ ਵਰਗ ਦੀ ਹਰ ਇੱਕ ਭੁਜਾ ਇੱਕ ਤਿਹਾਈ ਹੋ ਜਾਵੇ ਤਾਂ ਵਰਗ ਦਾ ਖੇਤਰਫਲ। ਬੇਟਾ ਬਹੁਤ ਸੌਖਾ ਸਵਾਲ ਸੀ, ਸਿਰਫ ਉਹ ਕਨਸੈਪਟ ਕਲੀਅਰ ਪੁੱਛਦਾ ਆ, ਹੈ ਨਾ। ਤਾਂ ਮੰਨ ਲਓ ਆਹ ਵਰਗ ਆ, ਤਾਂ ਵਰਗ ਦੇ ਵਿੱਚ ਬੇਟਾ ਆਪਾਂ ਮੰਨ ਲੈਂਦੇ ਹਰ ਭੁਜਾ 1 ਸੈਂਟੀਮੀਟਰ ਹੈ, ਠੀਕ ਹੈ, 1 ਮੀਟਰ ਜਾਂ ਸੈਂਟੀਮੀਟਰ ਲਾ ਲਓ, ਤਾਂ ਇਹਦਾ ਖੇਤਰਫਲ ਕਿੰਨਾ ਹੋ ਗਿਆ ਬੇਟਾ? ਖੇਤਰਫਲ ਬਰਾਬਰ ਹੈ ਭੁਜਾ ਗੁਣਾ ਭੁਜਾ, 1 ਗੁਣਾ 1 ਬਰਾਬਰ 1 ਮੀਟਰ ਸਕੇਅਰ ਆ ਗਿਆ, ਜਾਂ 1 ਵਰਗ ਮੀਟਰ ਆ ਗਿਆ, ਠੀਕ ਹੈ। ਜੇ ਕਹਿੰਦਾ 1/3 ਕਰ ਦਿੱਤੀ ਜਾਵੇ, ਤਾਂ ਬੇਟਾ 1/3 ਦਾ ਮਤਲਬ ਵਰਗ ਦੀ ਹਰ ਭੁਜਾ ਜਿਹੜੀ ਹੈਗੀ ਆ ਆਪਾਂ ਛੋਟੀ ਕਰ ਦਿੱਤੀ, 1/3 ਮੀਟਰ ਕਰ ਦਿੱਤੀ, ਠੀਕ ਆ। ਇਹ ਵੀ 1/3 ਮੀਟਰ ਕਰ ਦਿੱਤੀ, ਇਹ ਵੀ 1/3, ਕਿਉਂਕਿ ਸਾਰੀਆਂ ਬਰਾਬਰ ਹੀ ਹੁੰਦੀਆਂ। ਤਾਂ ਬੇਟਾ ਇਹਦਾ ਖੇਤਰਫਲ ਕਿੰਨਾ ਹੋਣਾ ਸੀਗਾ? ਠੀਕ ਹੈ, ਤਾਂ ਖੇਤਰਫਲ ਬਰਾਬਰ ਹੈ, ਖੇਤਰਫਲ ਬਰਾਬਰ ਹੈ 1/3, ਭੁਜਾ ਗੁਣਾ ਭੁਜਾ ਸੀ ਨਾ, 1/3 ਗੁਣਾ 1/3 ਬਰਾਬਰ 1/9 ਮੀਟਰ ਸਕੇਅਰ ਆ ਜਾਣਾ ਸੀਗਾ, ਠੀਕ ਹੈ। ਅਤੇ ਇਹੀ ਉਹਨੇ ਪੁੱਛਿਆ ਸੀਗਾ ਵੀ ਇਹਦਾ 1 ਮੀਟਰ ਸਕੇਅਰ ਆਇਆ, ਇਹਦਾ 1/9। ਜੇਕਰ ਭੁਜਾ 1/3 ਕਰ ਦਿੱਤੀ ਜਾਵੇ ਤਾਂ ਵਰਗ ਦਾ ਖੇਤਰਫਲ ਕਿੰਨਾ ਹੋ ਜਾਣਾ ਸੀ? 1/9 ਮੀਟਰ ਸਕੇਅਰ, 1/9, ਨੌਵਾਂ ਹਿੱਸਾ ਬਣ ਜਾਣਾ ਸੀ। ਤਾਂ ਆਹ ਬੇਟਾ ਡੀ ਆਂਸਰ ਇਹਦਾ ਆਉਣਾ ਸੀਗਾ, 1/9 ਹਿੱਸਾ। ਬਸ ਇੰਨਾ ਕੀ ਸਵਾਲ ਸੀ, ਸਿਰਫ ਬੇਟਾ ਉਹ ਕਨਸੈਪਟ ਕਲੀਅਰ ਲੈਂਦਾ ਆ। ਅੱਗੇ ਬੇਟਾ ਆ ਗਏ ਆਪਾਂ ਸਵਾਲ ਨੰਬਰ 57 ਦੇ ਉੱਤੇ। ਤਾਂ ਸਵਾਲ ਨੰਬਰ 57 'ਤੇ ਕਹਿੰਦਾ ਜੇਕਰ A/B ਇੱਕ ਭਿੰਨ ਹੈ ਜਿਸ ਵਿੱਚ A=B-3 ਹੈ, ਅਤੇ ਹਾਂ ਬੇਟਾ ਆਹ ਨੇ ਦਿੱਤੀ ਹੋਈ ਹੈ, ਤਾਂ ਇੱਥੇ ਆਹ ਸਟੇਟਮੈਂਟ ਆ, ਹੈ ਨਾ। ਤਾਂ ਇਹਦੇ ਵਿੱਚ ਬੇਟਾ ਆਪਾਂ A=B-3 ਆ, ਇੱਥੋਂ B-3 ਭਰ ਕੇ ਆਪਾਂ B ਦੀ ਕੀਮਤ ਕੱਢ ਲਾਂਗੇ, ਕਿਉਂਕਿ ਇੱਥੇ B ਰਹਿ ਜਾਣੇ ਇਕੱਲੇ, ਠੀਕ ਹੈ। ਤਾਂ ਇੱਥੇ ਆਪਾਂ ਭਰ ਲੈਂਦੇ ਹਾਂ A ਦੀ ਜਗ੍ਹਾ 'ਤੇ B-3। ਮੇਰਾ ਖਿਆਲ ਗੱਲ ਸਮਝ ਲੱਗਦੀ ਪਈ ਹੈ ਤੁਹਾਨੂੰ, ਕਿਉਂਕਿ A=B-3 ਦਿੱਤਾ ਹੋਇਆ ਆ ਉਹਨੇ, ਠੀਕ ਹੈ। ਤਾਂ B-3 10/B-A ਦੀ ਜਗ੍ਹਾ 'ਤੇ ਫਿਰ ਬੇਟਾ B-3 ਆਪਾਂ ਭਰ ਦਾਂਗੇ, B-3 ਵੈਲਿਊ ਹੀ ਭਰਨੀ ਆ ਸਾਰੇ ਦਾ। ਬੇਟਾ B ਬਰਾਬਰ 10/7, ਠੀਕ ਹੈ ਬੇਟਾ। ਆ ਜਦੋਂ ਹਾਰ ਬਰਾਬਰ ਹੋਵੇ ਤਾਂ ਉੱਪਰਲੀ ਰਕਮ ਆਪਾਂ ਸਿੱਧੀ ਜੋੜ ਘਟਾਓ ਕਰ ਦਿੰਦੇ ਹਾਂ, ਠੀਕ ਹੈ। ਤਾਂ ਇਹ ਬਣ ਗਿਆ B-3 10। ਆਹ ਮਾਈਨਸ ਨੇ ਬੇਟਾ B ਨੂੰ ਮਾਈਨਸ ਦਾ ਕਰ ਦੇਣਾ ਅਤੇ 3 ਨੂੰ ਪਲੱਸ ਦਾ ਕਰ ਦੇਣਾ, ਕਿਉਂਕਿ ਮਾਈਨਸ ਜਦੋਂ ਇਹਦੇ ਨਾਲ ਟਕਰਾਊਗੀ ਜਮ੍ਹਾਂ ਨਾਲ ਤਾਂ ਮਾਈਨਸ, ਅਤੇ ਇਹਨੂੰ ਪਲੱਸ ਦਾ। ਬਸ ਇਹੀ ਇੱਥੇ ਟੈਕਨੀਕਲ ਪੁਆਇੰਟ ਸੀ, -B-3। ਬੇਟਾ ਗੱਲ ਸਮਝ ਲੱਗ ਗਈ ਕਿਉਂ ਹੋਇਆ? ਜਦੋਂ ਅਸੀਂ ਆ B-3 ਨੂੰ ਅਸੀਂ ਇਹ ਮਾਈਨਸ ਕੀਤਾ ਨਾ, ਬੀ ਮਾਈਨਸ ਦਾ ਹੋ ਗਿਆ, ਆ ਮਾਈਨਸ ਨਾਲ ਮਾਈਨਸ ਟਕਰਾਈ ਤਾਂ 3 ਜਮ੍ਹਾਂ ਦੇ ਹੋ ਗਏ, ਤਾਂ ਸਾਰੇ ਦਾ ਬਟਾ ਬੀ ਆਪਾਂ ਲਘੋਤਮ ਲੈ ਲੈਂਦੇ ਹਾਂ, ਠੀਕ ਹੈ। ਇਹ ਸਮਝ ਵਾਲਾ ਸਵਾਲ ਸੀ ਬੇਟਾ ਥੋੜ੍ਹਾ ਜਿਹਾ। ਤਾਂ ਇਹ B ਬਰਾਬਰ 10/7। ਆ ਬੇਟਾ B ਜਮ੍ਹਾਂ ਦੇ ਅਤੇ B ਘਟਾਓ ਦੇ ਖਤਮ ਹੋ ਗਏ, ਠੀਕ ਹੈ। ਆ 3 ਜਮ੍ਹਾਂ ਦੇ ਅਤੇ 3 ਘਟਾਓ ਦੇ ਇਹ ਵੀ ਖਤਮ ਹੋ ਗਏ, ਠੀਕ ਹੈ।
10 बटा बी बराबरे 10 बटा 7 आ गया। 10 बटा बी बराबरे 10 बटा 7, ठीक है। ए बी ने इधर चले जाना, गुणा खा जाना, तो 10 बटा 7 ने इधर आके 7 बटा 10 बन जाना। तो ए 10 गुणा 7 बटा 10 बराबरे बी, जा बेटा आ 10 नाल 10 कट्टे जाते हैं तो बी बराबरे 7 आ जाना, बस उपर थले जाके, ठीक है। 10 नाल 10 कट्टे गए तो बी बराबरे 7 आ गया। बी की कीमत कितनी आ गई, बी बराबरे 7 आ गया साढ़े को, ठीक है बेटा। तो हूँ तो बी 7 आ गया, तो ए की कीमत की है, बी माइनस 3, आ एक बी की कीमत कढ ली आप 7, तो ए बराबरे बी माइनस 3, बी माइनस 3 बराबरे कि आ गया बेटा 7 माइनस 3 इक्वल टू 4। मेरा ख्याल क्लीयर हो गया बेटा, 7 माइनस, क्योंकि बी की कीमत असी 7 कढ़ी है, तो इतने बी की कीमत भर दी, ए बराबरे कि आ गया, ए बराबरे बी माइनस 3 बराबरे 7 माइनस 3 4, तो ए बटा बी है, ए बटा बी पुछया हूँ उन्हें कि, ठीक है, थोड़े को रकम दे विच की पुछया ए बटा बी, तो ए कि आया बेटा थोड़े को, कीमत 4 आ गई, आप 4 कढ़ी हुई है, ए की कीमत 4 आ गई, तो बी की कीमत 7 है, तो ए बटा बी बराबरे 4 बटा 7 उत्तर आ गया। तो आप अल्टरनेटिव आंसर देखते हैं, तो बेटा आह सी 1 के 4 बटा 7 उत्तर दिता पे, इनू एज ए राइट आंसर असी टिक कर देवे, ठीक है बेटा। तो ये तो बाद सवाल नंबर 58 आ गया, कहिंदा 31 सही 7 बटा 16 ਨੂੰ ਦਸ਼ਮਲਵ ਵਿੱਚ ਪਰਿਵਰਤਿਤ ਕਰਨ 'ਤੇ ਆਉਂਦਾ ਹੈ। ਤਾਂ ਬੇਟਾ ਇਹ ਵੀ ਬਹੁਤ ਸੌਖਾ ਸਵਾਲ ਸੀ, 31 ਸਹੀ 7 ਬਟਾ 16, ਤੁਸੀਂ ਕੀ ਕਰਨਾ ਸੀ ਬੇਟਾ, 31 ਨੂੰ ਤਾਂ ਉੱਥੇ ਹੀ ਰਹਿਣ ਦੇਣਾ, 7 ਬਟਾ 16 ਦਾ ਦਸ਼ਮਲਵ ਕੱਢ ਦੇਣਾ ਸੀ, 31 ਦਸ਼ਮ 7 ਨੂੰ ਵਿੱਚ ਰੱਖੋ, 16 'ਤੇ ਭਾਗ ਕਰ ਦਿਓ ਬੇਟਾ, ਨਹੀਂ ਜਾਂਦਾ ਡੈਸੀਮਲ ਲਾ ਕੇ ਇੱਥੇ 0, 16 ਚੌਕੀ 64, 6 70, एक जीरो अपने आप ही लाई जानी है, 16 43 48 12 आ गए, एक जीरो अपने आप ला ही लैनी है अपन, ठीक है। तो 16 7 112 112 8 आ गए जीरो अपने कोलो लानी है, तो 16 5 80, तो यह आ गया 31.43 7 5, ये उत्तर आ गया। आप अल्टरनेटिव आंसर देख लें, तो सी दे विच बेटा 31.43 7 5 उत्तर है जिहड़ा वह दिंदा पिया है, इनू एज ए राइट आंसर असी टिक कर दिंदे हैं, ठीक है। अगे आ गया सवाल नंबर 59, एक आयताकार प्लाट का खेत्रफल 616 वर्ग मीटर है। आ बेटा एक आयताकार प्लाट है, ਇਹਦਾ ਖੇਤਰਫਲ ਕਿੰਨਾ, 616 ਵਰਗ ਮੀਟਰ ਦਿੰਦਾ ਪਿਆ, ਠੀਕ ਹੈ। ਇਸ ਦੀ ਚੌੜਾਈ 22 ਮੀਟਰ ਹੈ, ਇਸ ਦੀ ਚੌੜਾਈ 22 ਮੀਟਰ ਹੈ, ਅਤੇ ਚਾਰੇ ਪਾਸੇ 7.50 ਪ੍ਰਤੀ ਮੀਟਰ ਦੀ ਦਰ ਨਾਲ ਵਾੜ ਲਗਾਉਣ ਦਾ ਖਰਚ ਪਤਾ ਕਰੋ। ਬੇਟਾ ਵਾੜ ਲਗਾਉਣ ਦਾ ਖਰਚ ਆਪਾਂ ਤਾਂ ਹੀ ਪਤਾ ਕਰ ਸਕਦੇ ਹਾਂ ਜੇਕਰ ਇਹਦਾ ਸਾਨੂੰ ਘੇਰਾ ਪਤਾ ਹੋਊਗਾ,
ਠੀਕ ਹੈ, ਘੇਰਾ ਤਾਂ ਪਤਾ ਲੱਗੂਗਾ ਜੇ ਸਾਨੂੰ ਇਹਦੀ ਇੱਕ ਚੀਜ਼ ਪਤਾ, ਚੌੜਾਈ ਲੰਬਾਈ ਪਤਾ ਲੱਗੂਗੀ, ਤਾਂ ਖੇਤਰਫਲ ਸਾਨੂੰ ਦਿੱਤਾ ਹੋਇਆ ਹੈ। ਠੀਕ ਹੈ, ਆਇਤ ਦੇ ਖੇਤਰਫਲ ਦਾ ਫਾਰਮੂਲਾ ਕੀ ਹੁੰਦਾ? ਆਇਤ ਦਾ ਖੇਤਰਫਲ ਬਰਾਬਰ ਲੰਬਾਈ ਗੁਣਾ ਚੌੜਾਈ। ਤਾਂ ਲੰਬਾਈ ਕਿੰਨੀ ਹੈ ਬੇਟਾ? ਲੰਬਾਈ ਪਤਾ ਕਰਨੀ ਹੈ, ਲੰਬਾਈ ਗੁਣਾ 22, ਚੌੜਾਈ 22 ਹੈ। ਠੀਕ ਹੈ, ਦਿੱਤੀ ਹੋਈ ਹੈ ਸਾਨੂੰ ਬਰਾਬਰ 616। ਤਾਂ ਬੇਟਾ 22 ਨੂੰ ਇਹਦੇ ਨਾਲ ਆਪਾਂ ਭਾਗ ਕਰ ਦਾਂਗੇ। ਜਦੋਂ 22 ਨੂੰ ਭਾਗ ਕਰ ਦਿੱਤਾ ਤੇ 22 ਨੂੰ ਭਾਗ ਕਰਾਂਗੇ ਤਾਂ ਫਿਰ ਆਪਣੀ ਲੰਬਾਈ ਨਿਕਲ ਆਊਗੀ। ਠੀਕ ਹੈ, ਇਹ ਬੇਟਾ 11 ਦੇ ਪਹਾੜੇ ਤੇ ਕੱਟੇ ਜਾਂਦੇ, 11 ਇਹਦੇ 22 ਨੇ ਉੱਧਰ ਜਾ ਕੇ ਭਾਗ ਖਾ ਜਾਣੀ ਨਾ। 11 2 22 ਆਪਾਂ ਸਿੱਧੀ ਕੱਟ ਦਿੰਦੇ, 11 5 55 ਤੇ 11 6 66, 2 ਤੇ ਫਿਰ ਕੱਟੇ ਜਾਣੇ, 2 2 4, 2 8 16। ਠੀਕ ਹੈ ਬੇਟਾ, ਤਾਂ 28 ਆ ਗਏ। ਤਾਂ ਇਹਦੀ ਚੌੜਾਈ ਕਿੰਨੀ ਆ ਗਈ ਬੇਟਾ? 28, ਸੋਰੀ ਲੰਬਾਈ 28 ਮੀਟਰ ਆਪਾਂ ਕੈਲਕੂਲੇਟ ਕਰ ਲਈ। ਹੁਣ ਇਹਦਾ ਘੇਰਾ, ਤਾਂ ਆਇਤ ਦਾ ਘੇਰਾ ਕਿਵੇਂ ਕੱਢਦੇ ਹਾਂ ਬੇਟਾ? ਘੇਰਾ ਹੁੰਦਾ 2 ਬ੍ਰੈਕਟ ਸ਼ੁਰੂ, ਲੰਬਾਈ ਜਮ੍ਹਾਂ ਚੌੜਾਈ। ਕਿਉਂਕਿ ਬੇਟਾ ਇਹਦੇ ਵਿੱਚ ਦੋ ਲੰਬਾਈਆਂ ਇੱਕੋ ਜਿਹੀਆਂ, ਦੋ ਚੌੜਾਈਆਂ ਇੱਕੋ ਜਿਹੀਆਂ ਹੁੰਦੀਆਂ, ਇਸ ਕਰਕੇ 2 ਬ੍ਰੈਕਟ ਸ਼ੁਰੂ, ਲੰਬਾਈ ਕਿੰਨੀ? 28 ਜਮ੍ਹਾਂ 22, ਇਹ ਬਣ ਗਿਆ 28 ਜਮ੍ਹਾਂ 22 50, 2 × 50 ਬਰਾਬਰੇ 100 ਮੀਟਰ ਘੇਰਾ ਆ ਗਿਆ। ਹੁਣ ਘੇਰਾ 100 ਮੀਟਰ ਆ ਗਿਆ। ਠੀਕ ਹੈ, ਕਹਿੰਦਾ ਪਿਆ ਰਕਮ 'ਚ ਦਿੰਦਾ ਪਿਆ ਸੀ ਵੀ 1 ਮੀਟਰ 'ਤੇ ਖਰਚਾ ਜਿਹੜਾ 7 ਰੁਪਏ 50 ਪੈਸੇ ਪ੍ਰਤੀ ਮੀਟਰ ਦੀ ਦਰ ਨਾਲ ਵਾੜ ਲਗਾਉਣੀ ਹੈ। 1 ਮੀਟਰ 'ਤੇ ਖਰਚਾ ਜਿਹੜਾ ਬੇਟਾ, 1 ਮੀਟਰ 'ਤੇ ਖਰਚਾ 7.50, 100 ਦੇ ਉੱਤੇ ਕਿੰਨਾ ਹੋਊਗਾ? ਠੀਕ ਹੈ, ਉਹੀ ਭਾਵੇਂ ਅਨੁਪਾਤ ਲਾ ਲਓ ਜਾਂ 100 ਸਿੱਧਾ 100 ਨਾਲ ਗੁਣਾ ਹੋ ਜਾਣਾ, ਜੇ ਅਨੁਪਾਤ ਲਾਓਗੇ ਤਾਂ ਵੀ ਉਹ ਨਿਕਲ ਆਉਣਾ। ਠੀਕ ਹੈ, 1 ਮੀਟਰ ਖਰਚ, ਮੀਟਰ ਖਰਚ, ਠੀਕ ਹੈ, 1 ਮੀਟਰ 'ਤੇ ਖਰਚਾ 7.50 ਆ, ਅਤੇ 100 ਮੀਟਰ 'ਤੇ ਖਰਚਾ ਜਿਹੜਾ ਹੈਗਾ ਆ ਉਹ ਆਪਾਂ ਐਕਸ ਮੰਨ ਲਾਂਗੇ, ਪਹਿਲੇ ਦਾ ਚੌਥੇ ਨਾਲ ਦੂਜੇ ਦਾ ਤੀਜੇ ਨਾਲ, ਐਕਸ ਬਰਾਬਰੇ 7.5 × 100, ਇਹ ਆ ਗਿਆ ਬੇਟਾ 750। 750 ਰੁਪਈਏ ਉੱਤਰ ਆ ਗਿਆ ਸਾਡੇ ਕੋਲ, ਅਤੇ ਆਪਾਂ ਆਲਟਰਨੇਟਿਵ ਆਂਸਰ ਦੇਖ ਲੈਂਦੇ ਹਾਂ। ਤਾਂ ਬੇਟਾ ਡੀ ਆਲਟਰਨੇਟਿਵ ਦੇ ਵਿੱਚ ਸਾਨੂੰ 750 ਰੁਪਈਏ ਉੱਤਰ ਦਿੰਦਾ ਪਿਆ, ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ। ਠੀਕ ਹੈ ਬੇਟਾ, ਤਾਂ ਇਹਦੇ ਤੋਂ ਬਾਅਦ ਦੇ ਵਿੱਚ ਬੇਟਾ ਇਸੇ ਸੈੱਟ ਦਾ ਲਾਸਟ ਸਵਾਲ ਸਾਡੇ ਕੋਲ ਆ ਗਿਆ ਕੱਲ੍ਹ ਵਾਲੇ ਪੇਪਰ ਦਾ। ਤਾਂ ਆਖਰੀ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ? ਕਹਿੰਦਾ ਇੱਕ ਵਸਤੂ 2540 ਰੁਪਏ ਵਿੱਚ ਵੇਚਣ ਨਾਲ ਜੋ ਲਾਭ ਪ੍ਰਾਪਤ ਹੁੰਦਾ ਹੈ, ਉਸੇ ਵਸਤੂ ਨੂੰ 1850 ਰੁਪਏ ਵਿੱਚ ਵੇਚਣ ਉੱਤੇ ਉਨੀ ਹਾਨੀ ਹੋ ਜਾਂਦੀ ਹੈ। ਠੀਕ ਹੈ, ਜਿੰਨਾ ਲਾਭ ਹੁੰਦਾ ਵਸਤੂ ਦਾ ਲਾਗਤ ਮੁੱਲ ਹੈ। ਤਾਂ ਬੇਟਾ ਜੇ 2540 ਵਿੱਚ ਵੇਚਣ ਨਾਲ ਜਿਹੜਾ ਲਾਭ ਹੁੰਦਾ 1850 ਨਾਲ ਵਿੱਚ ਵੇਚਣ ਦੇ ਉੱਤੇ, ਉਹੀ ਹਾਨੀ ਹੋ ਜਾਂਦੀ ਵਸਤੂ ਦਾ ਲਾਗਤ ਮੁੱਲ ਬੇਟਾ ਇਹਨਾਂ ਦੋਵਾਂ ਦੇ ਬਿਲਕੁਲ ਵਿਚਾਲੇ ਹੋਊਗਾ ਨਾ, ਤਾਂ ਹੀ ਤਾਂ ਆਪਾਂ ਇਹਨਾਂ ਦਾ ਅੰਤਰ ਲੈ ਲੈਂਦੇ ਹਾਂ। ਠੀਕ ਹੈ, ਅੰਤਰ ਹਾਨੀ ਅਤੇ ਲਾਭ ਵਾਲੇ ਦਾ ਅੰਤਰ 2540 ਮਾਈਨਸ 1850 ਰੁਪਈਏ। ਸਿਰਫ ਬੇਟਾ ਸੋਚਣ ਵਾਲੀ ਗੱਲ ਸੀ, ਸਵਾਲ ਸੌਖਾ ਹੀ ਸੀਗਾ। 0 ਦੀ 0 14, 'ਚੋਂ 5 ਗਏ 9, ਅਤੇ
ਇੱਥੇ ਚਾਰ ਰਹਿ ਗਏ ਸੀ, 14 ਚੋਂ ਅੱਠ ਗਏ 6, 690 ਰੁਪਈਏ ਆ ਗਿਆ ਇਹਨਾਂ ਦਾ ਅੰਤਰ। ਤਾਂ ਬੇਟਾ ਇਹਨਾਂ ਦਾ ਅੰਤਰ ਜਾਂ ਤਾਂ ਇਹਨਾਂ ਦੇ ਅੰਤਰ ਦਾ ਆਪਾਂ ਅੱਧ ਕਰ ਲੈਂਦੇ, ਉਹ ਇਹਦੇ 'ਚੋਂ ਘਟਾ ਦਿਉ ਜਾਂ ਇਹਦੇ ਵਿੱਚ ਜੋੜ ਦਿਉ, ਸੇਮ ਹੀ ਆ ਜਾਣਾ। ਤਾਂ 690 ਦਾ ਅੱਧ ਕਿੰਨਾ ਹੋ ਗਿਆ, ਕਿਉਂਕਿ ਆਪਾਂ ਵਿਚਲੀ ਰਕਮ ਕੱਢਣੀ ਹੈ ਨਾ, ਤਾਂ ਉਹ ਇਹਦਾ ਅੱਧ ਕਰਕੇ ਅੰਤਰ ਦਾ ਅੱਧ ਕਰ ਦਾਂਗੇ। 690 ਬਟਾ 2, 2 ਤੀਏ 6, 2 ਚੌਕੇ 8, 2 5 345 ਰੁਪਈਏ ਆ ਗਿਆ। ਇਹਦਾ ਮਤਲਬ ਜਾਂ ਤਾਂ ਤੁਸੀਂ ਹੁਣ ਇਹ ਵੇਚ ਮੁੱਲ ਦੇ ਵਿੱਚ ਜੇ ਤੁਸੀਂ ਖਰੀਦ ਮੁੱਲ ਕੱਢਣਾ ਹੈ ਨਾ, ਤਾਂ ਵੇਚ ਮੁੱਲ ਆ ਜਿਹੜਾ ਹੈਗਾ 345 ਰੁਪਈਏ, ਇਹਦੇ ਵਿੱਚ ਤੁਸੀਂ ਘਟਾ ਦਿਉ ਜਾਂ 1850 ਦੇ ਵਿੱਚ ਜੋੜ ਦਿਉ, ਉਹ ਖਰੀਦ ਮੁੱਲ ਆ ਜੂਗਾ। ਖਰੀਦ ਮੁੱਲ ਬਰਾਬਰੇ, ਖਰੀਦ ਮੁੱਲ ਬਰਾਬਰੇ, ਕਿਉਂਕਿ ਆ 2540 ਵਿੱਚ ਵੇਚਣ ਦਾ ਜੋ ਲਾਭ ਕਿੰਨਾ ਹੁੰਦਾ ਪਿਆ, 345 ਰੁਪਈਏ, ਠੀਕ ਹੈ। ਇਹਦੇ ਵਿੱਚ ਵੇਚਣ ਦੇ ਉੱਤੇ ਹਾਨੀ ਹੁੰਦੀ ਪਈ ਹੈ, ਤਾਂ ਖਰੀਦ ਮੁੱਲ ਬਰਾਬਰੇ, ਜੇ ਤਾਂ ਆਪਾਂ ਵੇਚ ਮੁੱਲ ਦੇ ਵਿੱਚੋਂ ਆਪਾਂ ਲਾਭ ਘਟਾ ਦਾਂਗੇ। ਚਲੋ ਇੱਕੋ ਵੇਚ ਮੁੱਲ, ਖਰੀਦ ਮੁੱਲ ਬਰਾਬਰੇ ਵੇਚ ਮੁੱਲ ਘਟਾਓ ਲਾਭ, ਤੇ ਖਰੀਦ ਮੁੱਲ ਵੇਚ ਮੁੱਲ ਕਿੰਨਾ ਬੇਟਾ, 2540 ਰੁਪਈਏ ਘਟਾਓ 345 ਰੁਪਈਏ, ਤਾਂ ਇਹ ਬੇਟਾ 2540 ਚੋਂ 345 ਰੁਪਈਏ ਘਟਾ ਤੇ, ਤਾਂ ਇਹ ਦਸਾਂ ਚੋਂ ਪੰਜ ਗਏ 5, ਠੀਕ ਹੈ। ਇਹ ਅਤੇ 13 ਚੋਂ 4 ਗਏ 9, ਅਤੇ 4 ਚੋਂ 3 ਗਏ 1, ਅਤੇ 2 ਦੇ 2, 2195 ਰੁਪਈਏ ਹੈ ਜਿਹੜਾ ਇਹਦਾ ਖਰੀਦ ਮੁੱਲ ਸੀ, ਠੀਕ ਹੈ ਬੇਟਾ। ਇੱਥੇ ਵੀ ਇੰਨਾ ਹੀ ਆਉਣਾ, ਜੇ ਤੁਸੀਂ 1800 ਰੁਪਏ 50 ਰੁਪਏ ਵਿੱਚ ਵੇਚਣ 'ਤੇ ਜੇਕਰ ਆਪਾਂ ਖਰੀਦ ਮੁੱਲ ਕੱਢਣਾ, ਖਰੀਦ ਮੁੱਲ ਦਾ ਇੱਕ ਹੋਰ ਸੂਤਰ ਹੁੰਦਾ, ਖਰੀਦ ਮੁੱਲ ਜਦੋਂ ਹਾਨੀ ਹੋਈ ਹੋਵੇ ਉਦੋਂ ਹੁੰਦਾ ਆ, ਵੇਚ ਮੁੱਲ ਜਮ੍ਹਾਂ ਹਾਨੀ, ਵੇਚ ਮੁੱਲ ਜਮ੍ਹਾਂ ਹਾਨੀ। ਵੇਚ ਮੁੱਲ ਕਿੰਨਾ, 1850 ਰੁਪਈਏ, ਦੂਜੇ ਕੇਸ 'ਚ 1850 ਜਮ੍ਹਾਂ 345 ਰੁਪਈਏ ਹਾਨੀ 2195। ਦੋਵੇਂ ਕੇਸਾਂ ਦੇ ਵਿੱਚ ਬੇਟਾ ਸੇਮ ਹੀ ਆਉਂਦਾ ਪਿਆ। ਆਪਾਂ ਆਲਟਰਨੇਟਿਵ ਆਂਸਰ ਦੇਖਦੇ ਹਾਂ, ਤਾਂ ਆ ਬੀ ਨੰਬਰ ਦੇ ਉੱਤੇ 2195 ਰੁਪਈਏ ਉੱਤਰ ਦਿੰਦਾ, ਇਹਨੂੰ ਐਜ਼ ਏ ਰਾਈਟ ਆਂਸਰ ਟਿਕ ਕਰ ਦੇਵਾਂਗੇ। ਇਹ ਸੀਗਾ ਬੇਟਾ ਇਹਦਾ ਆਖਰੀ ਸਵਾਲ, ਸਵਾਲ ਨੰਬਰ 60। ਤਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ।